ਕੀਤਾ ਸੀ ਤੁਹਾਡੇ ਤੋਂ ਸਵਾਲ ਪੁੱਛਿਆ ਸੀ ਕਿ ਕੀ ਪੰਜਾਬ ਦੇ ਵਿੱਚ 10ਵੀਂ ਦੇ 42% ਵਿਦਿਆਰਥੀ ਫੇਲ ਹੋਣ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਜਵਾਬ ਹਾਂ ਚ ਹੈ ਤਾਂ ਟਾਈਪ ਕਰੋ ZPHS ਭੇਜ ਦਿਓ Y ਨਾਂ ਦੇ ਲਈ ਟਾਈਪ ਕਰੋ ZPHS ਭੇਜ ਦਿਓ ਤੇ ਆਪਣੇ ਜਵਾਬ 57575 ਤੇ SMS ਕਰ ਦਿਓ ਇਸ ਵੇਲੇ ਕਾਲ ਕਰ ਸਕਦੇ ਹੋ 1800-01-3535 ਤੇ ਤਾਂ ਸਵਾਲ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਿਹਾ ਇਸ ਵੇਲੇ ਕਾਲ ਵੀ ਕਰ ਸਕਦੇ ਹੋ ਤੁਹਾਡੇ ਮਨ ਚ ਕੋਈ ਸਵਾਲ ਹੈ ਤਾਂ ਸਾਡੇ ਅੱਜ ਦੇ ਖਾਸ ਮਹਿਮਾਨਾਂ ਤੋਂ ਪੁੱਛ ਸਕਦੇ ਹੋ ਰਾਜਨ ਜੀ ਮੋਹਾਲੀ ਤੋਂ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਰਾਜਨ ਜੀ ਕੀ ਕਹਿਣਾ ਚਾਹੋਗੇ ਹਾਂਜੀ ਮੈਡਮ ਮੈਂ ਕਹਿਣਾ ਚਾਹੂੰਗਾ ਜਿੱਦਾਂ ਹੁਣ ਗੱਲ ਚੱਲ ਰਹੀ ਸੀ ਕਿ ਪੈਸੇ ਦੀ ਘਾਟ ਕਾਰਨ ਮਤਲਬ ਟੀਚਰ ਭਰਤੀ ਨਹੀਂ ਹੋ ਰਹੀ ਤੇ ਜਿਵੇਂ ਅਕਾਲੀ ਦਲ ਭਾਜਪਾ ਦਾ ਨਾਰਾ ਹੈ ਜੀ ਰਾਜਨੀਤਿਕ ਸੇਵਾ ਤੇ ਇਹਨਾਂ ਦੇ ਤਕਰੀਬਨ ਸਾਰੇ ਬੰਦੇ ਵੀ ਕਰੋੜਪਤੀ ਹੈ ਜੀ ਖੁਦ ਵੀ ਮਤਲਬ ਸਕੂਲ ਵਗੈਰਾ ਖੋਲ ਕੇ ਅੱਜ ਕੱਲ੍ਹ ਜਿੱਦਾਂ ਫਰੀ ਹੈ ਜੀ ਸਿੱਖਿਆ ਦੇ ਸਕਦੇ ਹੈ ਠੀਕ ਹੈ ਮਤਲਬ ਕਿ ਜਿਹੜੇ ਆਪਣੇ ਟੀਚਰ ਹੈ ਉਹਨਾਂ ਨੂੰ ਆਪਣੇ ਕੋਲੋਂ ਤਨਖਾਹ ਦੇ ਸਕਦੇ ਹੈ ਕਿਉਂਕਿ ਇਹਨਾਂ ਦੀ ਕਿਸੇ ਦੀ ਵੀ ਆਮਦਨ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਕਰੋਨਾ ਤੋਂ ਉੱਪਰ ਹੈ ਜੀ ਧੰਨਵਾਦ ਸਰ ਤੁਹਾਡਾ ਕਾਲ ਕਰਨ ਦੇ ਲਈ ਤੇ ਸਵਾਲ ਲਗਾਤਾਰ ਫਲੈਸ਼ ਹੋ ਰਿਹਾ ਤੁਸੀਂ ਮੈਸੇਜ ਦੇ ਜ਼ਰੀਏ ਵੀ ਰਾਏ ਸਾਂਝੀ ਕਰ ਸਕਦੇ ਹੋ ਹਰਵਿੰਦਰ ਜੀ ਫਿਰੋਜ਼ਪੁਰ ਤੋਂ ਅਗਲੇ ਕਾਲਰ ਜੁੜ ਚੁੱਕੇ ਨੇ ਹਰਵਿੰਦਰ ਜੀ ਕੀ ਕਹਿਣਾ ਚਾਹੋਗੇ ਲੱਗਦਾ ਉਹਨਾਂ ਨਾਲ ਸੰਪਰਕ ਟੁੱਟ ਗਿਆ ਤੇ ਸਾਡੇ ਨਾਲ ਖਾਸ ਮਹਿਮਾਨ ਲਗਾਤਾਰ ਬਣੇ ਹੋਏ ਨੇ ਲਾਲੀ ਮਜੀਠੀਆ ਜੀ ਕੋਲ ਮੈਂ ਇੱਕ ਵਾਰ ਫਿਰ ਤੋਂ ਸਵਾਲ ਲੈ ਕੇ ਜਾਣਾ ਚਾਹੂੰਗੀ ਮਜੀਠੀਆ ਸਾਹਿਬ ਸਰਕਾਰ ਤੁਹਾਡੀ ਹੈ ਗੱਲ ਕੀਤੀ ਜਾਂਦੀ ਕਿ ਸਰਕਾਰ ਇਨਵੈਸਟ ਹੀ ਨਹੀਂ ਕਰਦੀ ਐਜੂਕੇਸ਼ਨ ਸਿਸਟਮ ਤੇ ਬਜਟ ਹੁੰਦਾ ਪਰ ਇਨਵੈਸਟ ਵੀ ਨਹੀਂ ਹੁੰਦਾ ਕਿਉਂ ਇੰਦਰੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹਦੇ ਚ ਜੋ ਗੱਲਾਂ ਬਾਤਾਂ ਇੱਥੇ ਸਾਰੇ ਐਕਸਪਰਟਸ ਨੇ ਕੀਤੀਆਂ ਜੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਾਂ ਇੱਕ ਆਈਡੀਓਲੋਜੀ ਤੋਂ ਪੋਲੀਟੀਕਲ ਆਈਡੀਓਲੋਜੀ ਤੋਂ ਉੱਪਰ ਉੱਠ ਕੇ ਦੇਖੀਏ ਤੇ ਅਸੀਂ ਸਾਰੇ ਇਹਦੇ ਜ਼ਿੰਮੇਵਾਰੀਆਂ ਚ ਕੋਈ ਦੋ ਰਾਏ ਨਹੀਂ ਇੱਕ ਦੂਜੇ ਤੇ ਰਿਸਪੋਂਸਿਬਿਲਿਟੀ ਆਪਾਂ ਸ਼ਿਫਟ ਕਰੀਏ ਇਹਦਾ ਕੋਈ ਮਾਨਾ ਨਹੀਂ ਜਿਵੇਂ ਬੂਟਾ ਸਿੰਘ ਜੀ ਨੇ ਕਿਹਾ ਸੀਗਾ ਕਿ ਕੰਕਰੈਂਟ ਲਿਸਟ ਹੈ ਇੱਥੇ ਕੁਛ ਵੀ ਕੀਤਾ ਜਾ ਸਕਦਾ ਸੈਂਟਰ ਦੀਆਂ ਪਾਲਿਸੀਜ਼ ਜਿਹੜੀਆਂ ਉਹਨਾਂ ਨੂੰ ਮੰਨਣਾ ਨਾ ਮੰਨਣਾ ਸਟੇਟ ਦਾ ਵੀ ਗੱਲ ਹੈਗੀ ਆ ਆਹ ਗੱਲ ਮੈਨੂੰ ਬੜੀ ਅੱਛੀ ਲੱਗੀ ਖਾਸ ਤੌਰ ਤੇ ਇੱਕ ਤਾਂ ਮੈਂ ਕਲੈਰੀਫਾਈ ਕਰਨਾ ਚਾਹੂੰਗਾ ਕਿ ਮਲੂਕਾ ਜੀ ਨੇ ਕਿਹਾ ਸੀਗਾ ਜੀ ਕਿ ਸ਼ਾਇਦ ਸਾਡਾ ਇਨਫਰਾਸਟ੍ਰਕਚਰ ਸਾਰਿਆਂ ਤੋਂ ਵਧੀਆ ਮੈਂ ਇਸ ਗੱਲ ਨਾਲ ਮੁਤਫਿਕ ਨਹੀਂ ਮੈਨੂੰ ਮੌਕਾ ਮਿਲਿਆ ਅਲੱਗ ਅਲੱਗ ਨੌਕਰੀਆਂ ਦੇ ਵਿੱਚ ਵਿਚਰਦਿਆਂ ਸਾਊਥ ਅਤੇ ਵੈਸਟ ਦਾ ਜਿਹੜਾ ਇਨਫਰਾਸਟ੍ਰਕਚਰ ਉਹ ਸਾਡੇ ਨਾਲ 100 ਟਾਈਮਸ ਬੈਟਰ ਆ ਔਰ ਮੈਂ ਦੱਸਣਾ ਚਾਹੂੰਗਾ ਪਿਛਲੇ ਦਿਨਾਂ ਦੇ ਵਿੱਚ ਹੀ ਬੰਬੇ ਗਏ ਸੀ ਉੱਥੇ ਉਹਨਾਂ ਨੇ ਸਾਰੇ ਸਕੂਲ ਟੀਚਰਸ ਨੂੰ ਮੋਬਾਈਲ ਦਿੱਤੇ ਨੇ ਉਹ 'ਚ ਇੱਕ ਐਪ ਹੈ ਜਿਹਦੇ 'ਤੇ ਟੀਚਰਸ ਦੀ ਪ੍ਰੈਜੈਂਸ ਔਰ ਉਹਦੀ ਲੋਕੇਸ਼ਨ ਉਹ ਸਕੂਲ ਦੇ ਵਿੱਚ ਆ ਔਰ ਉੱਥੇ ਸਾਰੇ ਸਟੂਡੈਂਟਸ ਕਿੰਨਿਆਂ ਨੇ ਉੱਥੇ ਅਟੈਂਡੈਂਸ ਲਈ ਮਹਾਰਾਸ਼ਟਰ ਦੇ ਇੱਕ ਇੱਕ ਗਵਰਨਮੈਂਟ ਸਕੂਲ ਦੇ ਵਿੱਚ ਉਹਨਾਂ ਨੇ ਪ੍ਰੈਜੈਂਸ ਇਨਸ਼ੋਰ ਕੀਤੀ ਹੈ ਸਿਮਿਲਰਲੀ ਹੈਦਰਾਬਾਦ 'ਚ ਤੁਸੀਂ ਜਾਓ ਤੇ ਜੇ ਤੁਸੀਂ ਚਾਹੇ ਤੇਲੰਗਾਨਾ 'ਚ ਚਾਹੇ ਈਵਨ ਆਂਧਰਾ ਪ੍ਰਦੇਸ਼ ਟੋਟਲ ਲੈ ਲਓ ਕਰਨਾਟਕਾ ਲੈ ਲਓ ਤਾਮਿਲਨਾਡੂ ਲੈ ਲਓ ਕੇਰਲਾ ਲੈ ਲਓ ਤੇ ਉੱਥੇ ਇਨਫਰਾਸਟ੍ਰਕਚਰ ਔਰ ਜਿਹੜਾ ਕਹਿ ਲਓ ਕਿ ਇੰਨੀ ਵੱਡੀ ਇਨਵੋਲਵਮੈਂਟ ਹੈ ਜੇ ਉੱਥੇ ਪ੍ਰਾਈਵੇਟ ਅਦਾਰੇ ਵੀ ਨੇ ਇੰਨਾ ਉੱਥੇ ਮਿਸ਼ਨਰੀ ਜ਼ੀਲ ਆ ਪੇਰੈਂਟਸ ਦੀ ਇਨਵੋਲਵਮੈਂਟ ਆ ਕਿ ਉਹਦੇ ਬਹੁਤ ਅੱਛੇ ਰਿਜ਼ਲਟਸ ਨੇ ਇਹੀ ਕਾਰਨ ਹੈ ਕਿ ਆਪਾਂ ਉਹਨਾਂ ਦੇ ਲਾਗੇ ਖੜੇ ਨਹੀਂ ਹੋ ਪਾਉਂਦੇ ਔਰ ਦੂਸਰੀ ਗੱਲ ਜਿਹੜੀ ਆ ਇਹ 'ਚ ਮੈਂ ਪੂਰਾ ਸਹਿਮਤ ਹਾਂ ਸਾਰੇ ਸਾਥੀਆਂ ਦੇ ਨਾਲ ਕਿ ਜਦੋਂ ਤੱਕ ਐਜੂਕੇਸ਼ਨ ਅਤੇ ਬਜਟ ਔਰ ਹੈਲਥ ਦੇ ਬਜਟ ਕਿਉਂਕਿ ਇਹ ਦੋਨੋਂ ਗੱਲਾਂ ਸੀ ਸਾਡਾ ਈਵਨ ਸਾਡਾ ਇਲੈਕਸ਼ਨ ਮੈਨੀਫੈਸਟੋ ਦਾ ਵੀ ਇਹ ਪਾਰਟ ਸੀ ਜਦੋਂ ਅਸੀਂ ਨਹੀਂ ਵਧਾਵਾਂਗੇ ਇਹਦਾ ਇੰਪੈਕਟ ਨਹੀਂ ਆਏਗਾ ਔਰ ਅਗਲੇ ਦਿਨਾਂ 'ਚ ਬਜਟ ਦੇ ਵਿੱਚ ਤੁਹਾਨੂੰ ਇਹਦੀ ਰਿਫਲੈਕਸ਼ਨ ਨਜ਼ਰ ਆਏਗੀ ਨਾਲ ਮੈਂ ਵੀ ਗੱਲ ਕਹਿਣੀ ਚਾਹੁੰਦਾ ਕਿ ਇੱਕ ਪਾਲਿਸੀ ਕਪਿਲ ਸਿੱਬਲ ਹੋਣਾ ਨੇ ਇੰਟਰੋਡਿਊਸ ਕੀਤੀ ਉਹਨਾਂ ਦੇ ਨਾਂ 'ਤੇ ਆਪਾਂ ਲਾ ਰਹੇ ਹਾਂ ਜਿਹੜੇ ਦੂਸਰੇ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇਹੋ ਜਿਹੇ ਸਿਸਟਮ ਚੱਲਦੇ ਮੰਨੋ US ਸਾਰਾ ਅਮੈਰੀਕਨ ਕੰਟੀਨੈਂਟ ਹੈ ਜਾਂ ਆਸਟ੍ਰੇਲੀਅਨ ਕੰਟੀਨੈਂਟ ਹੈ ਯੂਰੋਪੀਅਨ ਕੰਟੀਨੈਂਟ ਆ ਉੱਥੇ ਪਾਲਿਸੀ ਚੱਲੀ ਕਾਮਯਾਬ ਹੋਈ ਉਹਨਾਂ ਇੱਕ ਕੋਸ਼ਿਸ਼ ਕੀਤੀ ਤੇ ਇਹ ਕੋਈ ਉਹਨੂੰ ਮੇਖਾਂ ਤਾਂ ਨਹੀਂ ਲੱਗ ਗਈਆਂ ਅੱਜ ਉਹ ਪਾਲਿਸੀ ਸਾਰੀ ਰਿਵਿਊ ਹੋ ਸਕਦੀ ਹੈ ਸੈਂਟਰਲ ਗਵਰਨਮੈਂਟ ਕਰ ਸਕਦੀ ਹੈ ਸਟੇਟ ਗਵਰਨਮੈਂਟ ਕਰ ਸਕਦੀ ਹੈ ਸੋ ਇਹ ਸਾਰਾ ਕੁਛ ਜਿਹੜਾ ਕੀਤਾ ਜਾ ਸਕਦਾ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਬਜਟ ਦਾ ਵਧਣਾ ਪਾਲਿਸੀ ਜਿਹੜੀ ਆ ਉਹਨੂੰ ਰਿਵਿਊ ਕਰਨਾ ਔਰ ਇਹਦੇ ਤੇ ਕਾਂਗਰਸ ਗਵਰਨਮੈਂਟ ਅਗਲਿਆਂ ਦਿਨਾਂ ਦੇ ਵਿੱਚ ਤੁਹਾਨੂੰ ਕੰਮ ਕਰਦੀ ਨਜ਼ਰ ਆਏਗੀ ਇੱਕ ਗੱਲ ਗਰਗ ਸਾਹਿਬ ਨੇ ਬੜੀ ਅੱਛੀ ਕਹੀ ਸੀਗੀ ਕਿ ਐਡੀਸ਼ਨਲ ਅਸਾਈਨਮੈਂਟਸ ਮੈਂ ਆਪਣੀ ਕੌਂਸਟੀਚੁਐਂਸੀ ਦੇ ਵਿੱਚ ਜਿਹੜੇ ਵੀ ਪਿੰਡ 'ਚ ਗਿਆ ਮੈਂ ਉੱਥੇ ਗੱਲ ਹਮੇਸ਼ਾ ਕੀਤੀ ਕਿ ਜਦੋਂ ਤੱਕ ਆਪਾਂ ਟੀਚਰਸ ਕੋਲੋਂ ਫੁਲਕੇ ਪਕਾਉਣੇ ਬੰਦ ਨਹੀਂ ਕਰਾਂਗੇ ਜਦੋਂ ਤੱਕ ਆਪਾਂ ਉਹਨਾਂ ਨੂੰ ਜਿਹੜੀਆਂ ਇਹ ਕਹਿ ਲਓ ਕਿ ਮਰਦਮਸ਼ੁਮਾਰੀ ਦੀਆਂ ਡਿਊਟੀਜ਼ ਜਾਂ ਜਿਹੜੀਆਂ ਐਡੀਸ਼ਨ ਡਿਊਟੀਜ਼ ਉਹਨਾਂ ਤੋਂ ਨਹੀਂ ਕਰਾਂਗੇ ਉਹਨਾਂ ਦੀ ਰਿਸਪੋਂਸਿਬਿਲਿਟੀ ਵੀ ਫਿਕਸ ਕੀਤੀ ਜਾ ਸਕਦੀ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜਿੰਨੇ ਕਹਿ ਲਓ ਸਖ਼ਤ ਪਾਲਿਸੀ ਦੀ ਗੱਲ ਭੁੱਲਰ ਸਾਹਿਬ ਨੇ ਕੀਤੀ ਆ ਜਿਹੜੇ ਐਜੂਕੇਟਡ ਲੋਕ ਨੇ ਉਹ ਵੀ ਇੰਨੇ ਇਨਰਿਸਪੋਂਸੀਬਲ ਨਹੀਂ ਹੋ ਸਕਦੇ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਇੰਨਾ ਇਨਰਿਸਪੋਂਸੀਬਲ ਹੋਵੇ ਉਹਦੇ ਲਈ ਜਦੋਂ ਆਪੀ ਬਾਕੀ ਜਿਹੜੇ ਇਸ਼ੂਜ਼ ਨੇ ਉਹਨਾਂ 'ਤੇ ਪ੍ਰੋਪਰਲੀ ਕੰਮ ਕਰਾਂਗੇ ਅਤੇ ਕੱਲ੍ਹ ਨੂੰ ਸਖ਼ਤੀ ਜਿਹੜੀ ਗਰਗ ਸਾਹਿਬ ਨੇ ਕਹੀ ਉਹ ਵੀ ਲਾਗੂ ਕੀਤੀ ਜਾ ਸਕਦੀ ਆ
ਔਰ ਇੱਕ ਬਹੁਤ ਵੱਡਾ ਸਬਜੈਕਟ ਹੈ ਜੇ ਆਪਾਂ ਇਹਨੂੰ ਇਹ ਸਮੁੰਦਰ ਨੂੰ ਕੁਝ ਚ ਸਮੇਟਣ ਦੇ ਬਰਾਬਰ ਹੋਏਗਾ ਜੇ ਆਪਾਂ ਕਹੀਏ ਕਿ ਇਸ ਜਿਹੜੀ ਪੈਨਲ ਦੇ ਵਿੱਚ ਡਿਸਕਸ਼ਨ ਹੋ ਰਹੀ ਹੈ ਇਹਨਾਂ ਸਾਰਿਆਂ ਮੁੱਦਿਆਂ ਦੇ ਜਿਹੜੇ ਜਵਾਬ ਹੈ ਇਹਦੇ 'ਚ ਡੈਫੀਨੇਟਲੀ ਆਪਾਂ ਨੂੰ ਸਾਰੀਆਂ ਪਾਰਟੀਜ਼ ਨੂੰ ਸਾਰੇ ਜਿੰਨੇ ਸਟੇਕ ਹੋਲਡਰਸ ਨੇ ਜਿਵੇਂ ਚਾਰ ਸਟੇਕ ਹੋਲਡਰਸ ਦੀ ਗੱਲ ਕੀਤੀ ਸੀ ਉਹਨਾਂ ਤੋਂ ਇਲਾਵਾ ਵੀ ਦੇਰ ਆਰ ਸੋ ਮੈਨੀ ਪੀਪਲ ਔਰਗਨਾਈਜੇਸ਼ਨਸ ਨੇ ਬਾਹਰ ਦੇ ਲੋਕ ਨੇ ਉਹ ਕਰਨਾ ਵੀ ਚਾਹੁੰਦੇ ਨੇ ਸੋ ਇਹਨੂੰ ਇੱਕ ਕਹਿ ਲਓ ਕਿ ਇਨ ਟੋਟੈਲਿਟੀ ਇਹਨੂੰ ਸੰਪੂਰਨ ਰੂਪ ਦੇ ਵਿੱਚ ਜਦੋਂ ਆਪਾਂ ਇਹਨੂੰ ਕਰਾਂਗੇ ਇਹ ਤਾਂ ਹੀ ਹੱਲ ਹੋਣਾ ਜਿਵੇਂ ਬਿਲਕੁਲ ਠੀਕ ਕਿਹਾ ਸੀਗਾ ਕਿ ਇਹ ਜਦੋਂ ਨਹੀਂ ਸੀਗਾ ਇਹਨਾਂ ਦਾ ਕਪਿਲ ਸਿੱਬਲ ਹੋਣਾ ਦਾ ਪ੍ਰੋਗਰਾਮ ਇਹਨਾਂ ਦੀ ਪਾਲਿਸੀ ਨਹੀਂ ਲਾਗੂ ਹੋਈ ਉਦੋਂ ਵੀ ਸਾਡਾ ਹਸ਼ਰ ਇਹੀ ਸੀਗਾ ਔਰ ਕਿਤੇ ਨਾ ਕਿਤੇ ਇਹਦੇ 'ਚ ਜਿਹੜਾ ਕਹਿ ਲਓ ਕਿ ਉਹ ਨਾ ਉਹ ਟੀਚਰ ਟੌਟ ਦਾ ਰਿਲੇਸ਼ਨ ਰਹਿ ਗਿਆ ਗੁਰੂ ਔਰ ਜਿਹੜਾ ਉਹਦਾ ਵਿਦਿਆਰਥੀ ਉਹਦੀ ਜਿਹੜੀ ਉਹਦੇ ਰਿਲੇਸ਼ਨ ਦੇ ਵਿੱਚ ਜਿਹੜੀ ਐਥੀਕਲ ਵੈਲਿਊਜ਼ ਦੀ ਘਾਟ ਆਈ ਆ ਉਹ ਵੀ ਇੱਕ ਬਹੁਤ ਵੱਡਾ ਮੁੱਦਾ ਔਰ ਉਹਦੇ ਪਿੱਛੇ ਇਕਨੋਮਿਕਸ ਆ ਸੋ ਇੱਕ ਬਹੁਤ ਵੱਡਾ ਸਬਜੈਕਟ ਹੈ ਇਹਦੇ ਤੇ ਮੈਂ ਸਮਝਦਾ ਵੀ ਆਪਾਂ ਸਮੇਟਣ ਲੱਗੀ ਤੇ ਸਮੇਟਿਆ ਜਾ ਸਕਦਾ ਠੀਕ ਹੈ ਲਾਲੀ ਮਜੀਠੀਆ ਜੀ ਨੇ ਸੁਝਾਅ ਦਿੱਤੇ ਨੇ ਕਈ ਜਿੰਨਾਂ 'ਚ ਬਦਲਾਅ ਦੀ ਲੋੜ ਹੈ ਤੇ ਸਰਕਾਰ ਤੁਹਾਡੀ ਇਸ ਕਰਕੇ ਉਮੀਦ ਤੁਹਾਡੇ ਤੋਂ ਹੀ ਹੁੰਦੀ ਹੈ ਕਿ ਇਸ ਵਾਰ ਘੱਟੋ ਘੱਟ ਬਦਲਾਅ ਐਜੂਕੇਸ਼ਨ ਸਿਸਟਮ ਦੇ ਵਿੱਚ ਜ਼ਰੂਰ ਹੋਣਗੇ ਮੈਂ ਆਉਂਗੀ ਲਾਲੀ ਜੀ ਤੁਹਾਡੇ ਕੋਲ ਵਾਪਸ ਪਰ ਉਸ ਤੋਂ ਪਹਿਲਾਂ ਮਲੂਕਾ ਸਾਹਿਬ ਕਿਉਂਕਿ ਸਿੱਖਿਆ ਮੰਤਰੀ ਰਹਿ ਚੁੱਕੇ ਨੇ ਮਲੂਕਾ ਸਾਹਿਬ ਸੁਧਾਰਾਂ ਦੀ ਗੱਲ ਕੀਤੀ ਜਾ ਰਹੀ ਹੈ ਪਿਛਲੇ 10 ਸਾਲਾਂ 'ਚ ਇਹ ਸੁਧਾਰ ਕਿਉਂ ਨਹੀਂ ਹੋ ਪਾਏ ਦੇਖੋ ਜਿੰਨੀ ਕੋਸ਼ਿਸ਼ ਕਰ ਸਕਦੇ ਆਪਾਂ ਕੀਤੀ ਹੈ ਜਿਵੇਂ ਮਜੀਠੀਆ ਸਾਹਿਬ ਨੇ ਦੱਸਿਆ ਕਿ ਇਹ ਨਹੀਂ ਮੈਂ ਸਹਿਮਤ ਹੁੰਦਾ ਕਿ ਆਪਣਾ ਵਧੀਆ ਨਹੀਂ ਹੈਗਾ ਮੈਂ ਅੱਜ ਵੀ ਕਹਿੰਦਾ ਕਿ ਤਾਮਿਲਨਾਡੂ ਨੂੰ ਛੱਡ ਕੇ ਦੂਜੇ ਨੰਬਰ 'ਤੇ ਪੰਜਾਬ ਦਾ ਜਿਹੜਾ ਸਾਰਾ ਮੁੱਢਲਾ ਢਾਂਚਾ ਜਿਹੜਾ ਇਹ ਹੈਗਾ ਬਹੁਤ ਵਧੀਆ ਇਹਨੂੰ ਆਪਾਂ ਪਾਸੇ ਨਹੀਂ ਕਰ ਸਕਦੇ ਮੈਂ ਸਾਰੇ ਕਿਉਂਕਿ ਪੇਂਡੂ ਵਿਕਾਸ ਉਦੋਂ ਬਾਅਦ ਮੇਰੇ ਕੋਲ ਮਹਿਕਮਾ ਹੋਣ ਕਰਕੇ ਮੈਂ ਸਾਰੇ ਹਿੰਦੁਸਤਾਨ ਦੇ ਪਿੰਡਾਂ 'ਚ ਗਿਆ ਕਿਤੇ ਵੀ ਆਪਣੇ ਨੇੜੇ ਤੇੜੇ ਨਹੀਂ ਬਲਕਿ 15 ਸਟੇਟਾਂ ਤਾਂ ਇਹੋ ਜਿਹੀਆਂ ਜਿਨ੍ਹਾਂ 'ਚ ਹਲੇ ਵੀ ਸਕੂਲ ਦਰਖਤਾਂ ਥੱਲੇ ਲੱਗਦੇ ਨੇ ਚਲੋ ਆਪਾਂ ਛੱਡੀਏ ਆਪਾਂ ਪੰਜਾਬ ਦੀ ਗੱਲ ਕਰੀਏ ਜਿੱਥੋਂ ਤੱਕ ਪੰਜਾਬ ਦੀ ਗੱਲ ਹੈਗੀ ਹੈ ਪੰਜਾਬ ਦੇ ਵਿੱਚ ਵੇਖੋ ਕਈ ਗੱਲਾਂ ਨੇ ਜਿੱਥੇ ਇਹ ਮੈਂ ਮੰਨਦਾ ਟੀਚਰਾਂ ਦੀ ਘਾਟ ਸਾਨੂੰ ਪੂਰੀ ਕਰਨੀ ਚਾਹੀਦੀ ਹੈ ਘੱਟੋ ਘੱਟ ਪ੍ਰਿੰਸੀਪਲ ਜਾਂ ਹੈੱਡ ਮਾਸਟਰ ਇਹ ਜ਼ਿਆਦਾ ਜ਼ਰੂਰੀ ਨੇ ਟੀਚਰ ਇੱਕ ਅੱਧਾ ਘੱਟ ਵੀ ਰਹਿ ਜੂ ਕਿਉਂਕਿ ਫਰਕ ਨਹੀਂ ਪੈਂਦਾ ਜਿੰਨਾ ਚਿਰ ਪ੍ਰਬੰਧਕ ਨਹੀਂ ਬੈਠਦਾ ਉਹ ਥੱਲੇ ਵਾਲੇ ਫਿਰ ਲਾਪਰਵਾਹ ਹੋ ਜਾਂਦੇ ਨੇ ਸੋ ਹੈੱਡ ਟੀਚਰ ਹਰੇਕ ਸਕੂਲ ਦੇ ਵਿੱਚ ਪੂਰਾ ਹੋਣਾ ਚਾਹੀਦਾ ਟੀਚਰ ਜੇ ਇੱਕ ਅੱਧਾ ਘੱਟ ਵੀ ਸਰਜੂ ਕਿਉਂਕਿ ਟੀਚਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿੱਥੇ ਕਈ ਸਕੂਲਾਂ 'ਚ ਟੀਚਰ ਘੱਟ ਨੇ ਅੱਜ ਉਹਨਾਂ ਦੇ ਰਿਜ਼ਲਟ ਚੰਗੇ ਨੇ ਤੇ ਮੋਹਾਲੀ ਦੀ ਆਪਣੇ ਕੋਲ ਉਦਾਹਰਨ ਹੈ ਕਈ ਸਾਲਾਂ ਤੋਂ ਕਈ ਇੱਥੇ ਸਿਟੀ ਚ ਅੱਜ ਵੀ ਸਰਪਲਸ ਨੇ ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜੇ ਟੀਚਰ ਹੁੰਦੇ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਉਂਦੇ ਨੇ ਪਰ ਜੇ ਸਰਕਾਰੀ ਸਕੂਲ 'ਚ ਦੇਖਿਆ ਜਾਏ ਤਾਂ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਕਿਉਂ ਇਹ ਜਾ ਹੁੰਦਾ ਨਹੀਂ ਮੈਂ ਉਸੇ ਅਸੀਂ ਉਹਨਾਂ ਗੱਲਾਂ ਤੇ ਅਸੀਂ ਇੰਦਰਜੀਤ ਜੀ ਸਾਨੂੰ ਤੁਸੀਂ ਗੱਲ ਤਾਂ ਸਾਨੂੰ ਪੂਰੀ ਕਰਨ ਨਹੀਂ ਦਿੰਦੇ ਅਸੀਂ ਉਹਨਾਂ ਤੇ ਪੂਰੀ ਕਰ ਲੈਂਦੇ ਫਿਰ ਦੱਸਿਓ ਤੁਸੀਂ ਮੈਂ ਮੰਨਦਾ ਹੈ ਕਿ ਪ੍ਰਾਈਵੇਟ ਟੀਚਰਾਂ ਨੂੰ ਤਨਖਾਹ ਵੀ ਘੱਟ ਮਿਲਦੀ ਹੈ ਪ੍ਰਾਈਵੇਟ ਟੀਚਰਾਂ ਦੇ ਰਿਜ਼ਲਟ ਵੀ ਸਾਡੇ ਨਾਲੋਂ ਚੰਗੇ ਨੇ ਫਿਰ ਕਿਤੇ ਨਾ ਕਿਤੇ ਤਾਂ ਸਾਡੇ ਸਰਕਾਰੀ ਟੀਚਰਾਂ ਨੂੰ ਇਹ ਗੱਲ ਆਪ ਸੋਚਣੀ ਪਏਗੀ ਕਿ ਸਾਡੇ ਤੇ ਜਿਹੜਾ ਬਲੇਮ ਲੱਗਦਾ ਇਹਨੂੰ ਅਸੀਂ ਕਦੋਂ ਧੋਣੇ ਆ ਜਿਵੇਂ ਗਰਗ ਜੀ ਨੇ ਦੱਸਿਆ ਕਿ ਸਾਰੇ ਹਿੰਦੁਸਤਾਨ ਨਾਲ ਤਨਖਾਹ ਪੰਜਾਬ ਦੇ ਟੀਚਰਾਂ ਨੂੰ ਜ਼ਿਆਦਾ ਮਿਲਦੀ ਹੈ ਅਤੇ ਰਿਜ਼ਲਟ ਮਾੜੇ ਆਉਂਦੇ ਨੇ ਕਿਉਂ ਆਉਂਦੇ ਨੇ ਸੋ ਸਾਨੂੰ ਟੀਚਰਾਂ ਦੀ ਵੀ ਜਵਾਬਦੇਹੀ ਕਰਨੀ ਪਏਗੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਜਿੱਥੇ ਕੰਮ ਖਰਾਬ ਹੈ ਉੱਥੇ ਪੰਚਾਇਤ ਦੀ ਡਿਊਟੀ ਵੀ ਬਣਦੀ ਹੈ ਉਹਨੂੰ ਜਾ ਕੇ ਠੀਕ ਕਰੇ ਬਾ ਬਿਨਾਂ ਮਤਲਬ ਦਖਲਅੰਦਾਜ਼ੀ ਕੰਮ ਦੇ ਵਿੱਚ ਨਹੀਂ ਕਰਨੀ ਚਾਹੀਦੀ ਕਦੇ ਵੀ ਮੈਂ ਇਹਦੇ ਨਾਲ ਸਹਿਮਤ ਹੈ ਪਰ ਨਾਲ ਜਿੰਨਾ ਚਿਰ ਅਸੀਂ ਟੀਚਰਾਂ ਦੀ ਜਵਾਬਦੇਹੀ ਨਹੀਂ ਕਰਾਂਗੇ ਪੋਲੀਟੀਕਲ ਦਬਾਅ ਥੱਲੇ ਨਹੀਂ ਆਵਾਂਗੇ ਉਹਨਾਂ ਚਿਰ ਜਿਹੜਾ ਅਸੀਂ ਸੁਧਾਰ ਭਾਲਦੇ ਹਾਂ ਇਹ ਵੀ ਗੱਲ ਬਿਲਕੁਲ ਠੀਕ ਹੈ ਗਰਗ ਸਾਹਿਬ ਦੀ ਮੈਨੂੰ ਤਾਂ ਪਤਾ ਮਹਿਕਮਾ ਰਹਿਣ ਕਰਕੇ ਕਿ ਸਰਕਾਰੀ ਸਕੂਲਾਂ 'ਚ ਸਾਰੇ ਬੱਚੇ ਗਰੀਬਾਂ ਦੇ ਹੀ ਪੜ੍ਹਦੇ ਨੇ ਆਮ ਕਿਸੇ ਦਾ ਨਾ ਟੀਚਰ ਦਾ ਪੜ੍ਹਦਾ ਨਾ ਪੋਲੀਟੀਕਲ ਬੰਦੇ ਦਾ ਪੜ੍ਹਦਾ ਨਾ ਆਪਣੇ ਪ੍ਰੈਸ ਵਾਲੇ ਕਿਸੇ ਰਿਪੋਰਟਰਾਂ ਦੇ ਪੜ੍ਹਦੇ ਨੇ ਸਾਰੇ ਗਰੀਬ ਲੋਕ ਹੈ ਜਿਹੜਾ ਕੋਲ ਹੋਰ ਕੋਈ ਸਾਧਨ ਨਹੀਂ ਉਹਨਾਂ ਦੇ ਬੱਚੇ ਹੀ ਪੜ੍ਹਦੇ ਨੇ ਇਸ ਕਰਕੇ ਸਾਨੂੰ ਇਹਨਾਂ ਬਾਰੇ ਸੋਚਣਾ ਪਏਗਾ ਮੈਂ ਮੰਨਦਾ ਕਿ ਕੋਈ ਇਹ ਨਹੀਂ ਕਿ ਕਿਸੇ ਨੇ ਜਾਣ ਕੇ ਕੀਤੀ ਹੋਈਗੀ ਜਿਵੇਂ ਮਜੀਠੀਆ ਜੀ ਨੇ ਕਿਹਾ ਕੈਨੇਡਾ ਅਮਰੀਕਾ ਨਾਲ ਮਜੀਠੀਆ ਜੀ ਅਸੀਂ ਹਲੇ ਨਹੀਂ ਰਲੇ ਠੀਕ ਆ ਉੱਥੇ 12ਵੀਂ ਤੱਕ ਕੋਈ ਫੇਲ ਫੂਲ ਨਹੀਂ ਕੀਤਾ ਜਾਂਦਾ 12ਵੀਂ ਤੋਂ ਅੱਗੇ ਪੜ੍ਹਾਈ 'ਤੇ ਸਖਤੀ ਕੀਤੀ ਜਾਂਦੀ ਹੈ 12ਵੀਂ ਤਾਂ ਉਹ ਕਹਿੰਦੇ ਵੀ ਉਹੀ ਕਰ ਲਓ ਫਿਰਦੇ ਰਹਿਣ ਜਿੱਥੇ ਮਰਜ਼ੀ ਉਦੋਂ ਅੱਗੇ ਪੜ੍ਹਾਈ 'ਤੇ ਸਖਤੀ ਵੀ ਆਉਂਦੀ ਹੈ ਖਰਚਾ ਵੀ ਆਉਂਦਾ 12ਵੀਂ ਤਾਂ ਉਹ ਜਿਵੇਂ ਮਰਜ਼ੀ ਪੜ੍ਹ ਲਓ ਭਾਵੇਂ ਇੱਕ ਸਾਲ 'ਚ ਪੜ੍ਹ ਲਓ ਦੋ 'ਚ ਪੜ੍ਹ ਲਓ ਇਕੱਲਾ ਸਬਜੈਕਟ ਪੜ੍ਹ ਲਓ ਕੋਈ ਪ੍ਰੋਬਲਮ ਨਹੀਂ ਪਰ ਆਪਣੇ ਉਹ ਸਮੱਸਿਆ ਨਹੀਂ ਹੈਗੀ ਹੈ ਜਦੋਂ ਰਜਾ ਇਹ 11 ਤੱਕ ਨਹੀਂ ਸੀ ਪਾਲਿਸੀ ਹੋਈ ਉਦੋਂ ਰਿਜ਼ਲਟ ਇਦੋਂ ਚੰਗੇ ਸਨ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿੱਥੇ ਫੰਡਾਂ ਦੀ ਲੋੜ ਹੈ ਫੰਡ ਵੀ ਦੇਣੇ ਚਾਹੀਦੇ ਨੇ ਰੈਗੂਲਰ ਟੀਚਰਾਂ ਦੀ ਭਰਤੀ ਦਾ ਇੱਕ ਬੋਰਡ ਬਣ ਜਾਣਾ ਚਾਹੀਦਾ ਵੱਖਰਾ ਹੀ ਜਿਹੜਾ ਇਕੱਲੇ ਟੀਚਰਾਂ ਦੀ ਰੈਗੂਲਰ ਹੀ ਭਰਤੀ ਕਰੇ ਜਦੋਂ ਰਿਟਾਇਰ ਹੋਵੇ ਟੀਚਰ ਨਾਲ ਦੀ ਨਾਲ ਦੂਜਾ ਜੁਆਇਨ ਕਰ ਲਏ ਉੱਥੇ ਜਾ ਕੇ ਇਹ ਸਾਰੀਆਂ ਗੱਲਾਂ ਕਰਨ ਵਾਲੀਆਂ ਸਾਡੀਆਂ ਹੈਗੀਆਂ ਸਾਨੂੰ ਜ਼ਰੂਰ ਇਹ ਸੋਚਣਾ ਚਾਹੀਦਾ ਕਿ ਜਿਹੜੇ ਬੱਚੇ ਗਰੀਬ ਲੋਕਾਂ ਦੇ ਪੜ੍ਹਦੇ ਆ ਉਹਨਾਂ ਦੇ ਵਾਸਤੇ ਸਾਨੂੰ ਕਿਉਂਕਿ ਅੱਜ ਸਰਕਾਰੀ ਸਕੂਲਾਂ 'ਚ ਸੱਚ ਹੈ ਕਿ ਉਹਨਾਂ ਦੇ ਬੱਚੇ ਪੜ੍ਹਦੇ ਨੇ ਨਾਲ ਸਾਨੂੰ ਟੀਚਰਾਂ ਨੂੰ ਵੀ ਇਹ ਦੱਸਣਾ ਹੀ ਪੈਣਾ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਬਹੁਤ ਵਧੀਆ ਨੇ ਜਿਵੇਂ ਮੇਰੇ ਪਿੰਡ ਦੇ ਹੀ ਲੈ ਲਓ ਦੋ ਸਕੂਲ ਨੇ ਉੱਥੇ ਕੁੜੀਆਂ ਦਾ ਅੱਡ ਹੈ ਮੁੰਡਿਆਂ ਦਾ ਅੱਡ ਹੈ 12ਵੀਂ ਦਾ ਸਾਡੇ ਐਰਕੀ 12ਵੀਂ ਦੇ ਰਿਜ਼ਲਟਾਂ ਦਾ ਮੈਨੂੰ ਪਤਾ 10ਵੀਂ ਦਾ ਹਲੇ
सिर्फ पहली बार कि चार फेल होने फर्स्ट डिवीजन ही बहुत है। साढ़े लड़कियां गवर्नमेंट स्कूल के सिफारशा दाखिल होंदिया ने, सो दोनों स्कूलों के रिजल्ट वधिया आते हैं। सो मैं कहना भी इवें जी कि पंजाब दे विच लुधियाना है उत्थे सिफारशा बच्चे दाखिल होंगे ने, जिवें अपने दस्या सी किंगरा साहब ने कलोनिया स्कूल ने उत्थे क्योंकि निगाह रखते हैं मुलाजम ने। सो काफी स्कूलों के रिजल्ट वधिया भी ने सरकारी दे, पर काफी दे माड़े भी बहुत ने। जो जवाब दे बहुत जरूरी है इस वेले अध्यापका दी, पर बूटा सिंह जी अध्यापका दी जवाब दे कि कितना तय होएगी। हुण वेला आ गया इंद्रजीत जी, हुण एक मेरा आधा मिनट ही लाने दे। हुण वेला आ गया पार्टी पॉलिटिक्स तो उच्चे उठ के हेल्थ ते एजुकेशन दी खातर सानू जेड़ा कोई नहीं आपदी ड्यूटी सही निभाउंदा उनू सजा जरूर थोड़ी बहुती देनी चाहिए। बूटा सिंह जी इंद्रजीत जवाबदेही तो टीचरां दी क्यों डाक्टरां दी भी चाहिए, हर किसी चाहिए है। और मैं ना भी जदों एक महकमा जिहड़ी परफॉर्मेंस है उहदी माड़ी है, एजुकेशन लै लो, हेल्थ लै लो, एग्रीकल्चर लै लो, तो उहदे जिहड़े मंत्री लाउंदे ना सीएम साहब ਉਹਦੇ ਬੈਸਟ ਮੰਤਰੀ ਅਵੇਲੇਬਲ ਉਹ ਹੋਣੇ ਚਾਹੀਦੇ ਆ, ਇਨੋਵੇਟਿਵ ਹੋਣੇ ਚਾਹੀਦੇ ਆ। ਮਾਨ ਲਾਲੀ ਜੀ ਨੇ ਕਿਹਾ ਨਾ ਕਿ ਇਹਦਾ ਕੁਛ ਹੋ ਨਹੀਂ ਸਕਦਾ, ਕੰਕੂਰੈਂਟ ਲਿਸਟ 'ਤੇ ਹੈ। ਮੈਂ ਇਹ ਨਹੀਂ ਕਿਹਾ, ਮੈਂ ਤਾਂ ਇਹ ਕਹਿ ਅੱਗੇ ਜਿਹੜਾ ਮੈਂ ਲੜੀ ਜੋੜਦਾ ਕਿ ਉਹ ਬਹੁਤ ਕੰਪੀਟੈਂਟ ਹੋਣੇ ਚਾਹੀਦੇ ਆ। ਹੁਣ ਜਿਵੇਂ ਆਹ ਰਿਜ਼ਲਟ ਆਇਆ 12ਵੀਂ ਦਾ ਆਇਆ, ਪਹਿਲਾਂ 10ਵੀਂ ਦਾ ਆਇਆ, 15 ਦਿਨਾਂ ਦੇ ਵਿੱਚ ਗੌਰਮੈਂਟ ਜਿਹੜੀ ਆ ਇਹ ਕਮੇਟੀ ਬਿਠਾਵੇ ਮਾਹਰਾਂ ਦੀ, 15 ਦਿਨਾਂ ਦੇ ਵਿੱਚ ਰਿਪੋਰਟ ਦੇਵੇ। ਇਹ ਮੋਟਾ ਮੋਟਾ ਲਾਲੀ ਜੀ ਨੇ ਦੇਖ ਲਿਆ, ਮੈਂ ਵੀ ਦੇਖ ਲਿਆ, ਇਹਦੀ ਜਿਹੜੇ ਬਰੀਕੀ 'ਚ ਇਹਨੂੰ ਬਰੀਕ ਛਾਨਣੀ 'ਚੋਂ ਕੱਢਣ ਦੀ ਲੋੜ ਹੈ। ਇਹਦੇ ਜਿਹੜੇ ਜਿਹੜੇ ਹੋਰ ਬਰੀਕੀਆਂ ਇਹਦੀਆਂ ਪਤਾ ਲੱਗਣਗੀਆਂ ਵੀ ਕਿੱਥੇ ਕਮਜ਼ੋਰੀ ਹੈ। ਮੈਂ ਟੀਚਰਾਂ ਨਾਲ ਕਈਆਂ ਨਾਲ ਗੱਲ ਕਰਦਾ, ਕਈ ਨਕਲ ਮਰਾਉਂਦੇ ਆ ਜੀ ਟੀਚਰਾਂ ਦੇ, ਇਹ ਬਹੁਤ ਵੱਡੀ ਬਿਮਾਰੀ ਹੈ ਨਕਲ ਦੀ, ਬਹੁਤੇ ਲੋਕਾਂ ਨੂੰ ਪਤਾ ਨਹੀਂ, ਇਹ ਇੰਡੀਵਿਜੁਅਲ ਤੌਰ 'ਤੇ ਕੀਤਾ ਜਾਂਦਾ, ਨਕਲ ਮਰਾ ਕੇ ਟੀਚਰ ਜਿਹੜੇ ਆ ਉਹ ਪਾਸ ਕਰਵਾਉਂਦੇ ਆ ਬੱਚਿਆਂ ਨੂੰ, ਔਰ ਕੁਛ ਤਾਂ ਪੋਲਸੀਜ਼ ਦੇ ਵਿੱਚ ਗਲਤੀਆਂ ਹੈਗੀਆਂ। ਸਾਡੇ ਜਿਹੜੇ MLA ਹੈ ਇਹ ਫੁੱਟ ਸੋਲਜਰ ਹੈ, ਸਾਡੇ ਸਾਡੇ ਜਿਹੜਾ ਸਿਸਟਮ ਹੈ ਨਾ ਜਿਹੜਾ ਚੋਣਾਂ ਦਾ ਉਹ ਇੱਦਾਂ ਦਾ ਅਸੀਂ ਬਣਾ ਦਿੱਤਾ। ਉਹ MLA ਵਿਚਾਰੇ ਇਲੈਕਸ਼ਨ ਦੇ ਪਿੱਛੇ ਪੈ ਰਹਿੰਦੇ, ਉਹੀ ਲੜਨੀ ਹੈ, ਉਹੀ ਜਿੱਤਣੀ ਹੈ, ਉਹ ਸਟਰੀਟ ਫਾਈਟਰ ਬਣ ਕੇ ਰਹਿ ਜਾਂਦੇ ਆ। ਉਹਨਾਂ ਵਿਚਾਰਿਆਂ ਜੇ ਆਪਾਂ ਦੇਖੇ ਨਾ ਇੰਟਲੈਕਚੁਅਲ ਕੈਪੇਬਿਲਿਟੀ ਬੜਿਆਂ 'ਚ ਘੱਟ 'ਚ ਹੁੰਦੀ ਆ। ਜਿਹੜਾ ਅਪਰ ਹਾਊਸ ਹੈ ਪੰਜਾਬ ਦੇ ਵਿੱਚ ਇਹਨੂੰ ਖਤਮ ਕਰਤਾ ਇਹਨਾਂ ਨੇ, ਅਪਰ ਹਾਊਸ ਬੜੀਆਂ ਸਟੇਟਾਂ 'ਚ ਚੱਲ ਰਿਹਾ। ਇਹਦਾ ਮਤਲਬ ਇਹ ਹੈ ਕਿ ਸਿਆਣੇ ਬੰਦਿਆਂ ਦੀ ਲੋੜ ਨਹੀਂ। ਪੰਜਾਬ ਨੇ ਬਹੁਤ ਚਿਰ ਦੇ ਨਕਾਰ 'ਤੇ ਸਿਆਣੇ ਬੰਦੇ, ਮੈਂ ਨਾ ਅਪਰ ਹਾਊਸ ਨੂੰ ਰਿਵਾਈਵ ਕਰਨਾ ਚਾਹੀਦਾ, ਸਾਰੀਆਂ ਪਾਰਟੀਆਂ ਨੂੰ ਇਹਦੇ 'ਚ ਉਹ ਪਾਉਣਾ ਚਾਹੀਦਾ ਤਾਂ ਕਿ ਸਿਆਣੇ ਬੰਦੇ ਵੀ ਆ ਸਕਣ। ਗਰਗ ਸਾਹਿਬ ਬੈਠੇ ਆ, ਹੋਰ ਕਿੰਨੇ ਇਹੋ ਜਿਹੇ ਐਕਸਪਰਟ ਹੈਗੇ, ਇੱਕ ਥੋੜ੍ਹਾ ਹੈ। ਦੂਜੀ ਗੱਲ ਇਹ ਹੈ ਜੇ ਹਾਈ ਕੋਰਟ ਇਲਾਹਾਬਾਦ ਕਰ ਸਕਦੀ ਹੈ ਪਾਸ ਸਟ੍ਰਿਕਚਰ ਕਿ ਭਾਈ ਜਿਹੜੇ ਗੌਰਮੈਂਟ ਦੇ ਮੁਲਾਜ਼ਮ ਹੈ ਉਹ ਉਹਨਾਂ ਦੇ ਬੱਚੇ ਇਹਨਾਂ ਸਕੂਲਾਂ ਜਾਣਗੇ ਜੀ। ਪੰਜਾਬ ਦੇ ਵਿੱਚ ਅਸੀਂ ਪੰਚਾਂ ਸਰਪੰਚਾਂ ਬਾਰੇ ਕਿਉਂ ਨਹੀਂ ਕਰ ਸਕਦੇ ਕਿ ਐਫੀਡੈਵਿਟ ਦੇਣ, ਘੱਟੋ ਘੱਟ ਉਹਨਾਂ ਦਾ ਇੱਕ ਬੱਚਾ ਉੱਥੋਂ ਦੇ ਲੋਕਲ ਸਕੂਲ 'ਚ ਪੜੂਗਾ ਆਸੇ ਪਾਸੇ ਦੇ 'ਚ, ਇਹ ਕਿਉਂ ਨਹੀਂ ਹੋ ਸਕਦਾ? ਕਾਨੂੰਨ ਸਭ ਕੁਛ ਕੀਤਾ ਜਾ ਸਕਦਾ, ਨੀਅਤ ਹੋਣੀ ਚਾਹੀਦੀ ਆ, ਨੀਅਤ ਹੋਣੀ ਚਾਹੀਦੀ, ਇੱਕ ਹਮਦਰਦੀ ਹੋਣੀ ਚਾਹੀਦੀ ਆ, ਠੀਕ ਹੈ? ਖਾਸ ਤੌਰ ਤੇ ਗਰੀਬ ਬੰਦੇ ਜਿਨ੍ਹਾਂ ਨੇ ਕਪਲ ਛੱਡ ਦਿੱਤੀ, ਠੀਕ ਹੈ, ਨੀਅਤ ਹੋਣੀ ਚਾਹੀਦੀ। ਪੁੱਲਰ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਪੁੱਲਰ ਸਾਹਿਬ ਸਰਕਾਰਾਂ ਦੀ ਨੀਅਤ ਨਹੀਂ ਰਹੀ ਹੁਣ ਤੱਕ ਜੋ ਇਹਨਾਂ 'ਚ ਸੁਧਾਰ ਨਹੀਂ ਹੋਇਆ। ਬੂਟਾ ਸਿੰਘ ਜੀ ਹੁਣ ਵਿਧਾਨ ਸਭਾ 'ਚ ਸਾਰੇ ਸਿਆਣਾ ਹੈ ਨਹੀਂ, ਇਕੱਲੀ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਇਹ 'ਚ ਫਿਕਸ ਹੈਗੀ, ਨਹੀਂ ਕੁਆਲਿਟੀ ਇਕੱਲੀ ਸਰਕਾਰਾਂ ਦੀ ਇਹ 'ਚ ਜ਼ਿੰਮੇਵਾਰੀ ਫਿਕਸ ਨਹੀਂ ਹੁੰਦੀ ਹੈਗੀ ਇਹ 'ਚ ਡਾਇਰੈਕਟਲੀ। ਮੈਂ ਪਹਿਲਾਂ ਵੀ ਕਿਹਾ ਹੈ ਕਿ ਟੀਚਰਾਂ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ। ਮੈਨੂੰ 90s ਦੇ ਵਿੱਚ ਸਰਦਾਰ ਦਲ ਸਿੰਘ ਉਹਨਾਂ ਦੇ ਨਾਲ ਐਜ਼ ਏ ਫਲਾਇੰਗ ਸਕੌਡ ਜਿਹੜਾ ਜਾਣ ਦਾ ਮੌਕਾ ਮਿਲਿਆ ਸਕੂਲਾਂ ਦੇ ਵਿੱਚ, ਔਰ ਅਸੀਂ ਇਹੋ ਜਿਹੇ ਸਕੂਲ ਦੇਖੇ, ਦਸੂਹਾ ਮੁਕੇਰੀਆਂ ਹੁਸ਼ਿਆਰਪੁਰ ਦੇ ਏਰੀਏ, ਜਿਹੜੇ ਤਰਵਾੜਾ ਸਕੂਲ ਦੀ ਗੱਲ ਕੀਤੀ ਇਹਦੀ, ਮੈਂ ਵੀ ਕਮਾਓ ਦੇ ਵੀ ਘੁੰਮਿਆ ਉੱਥੇ, ਔਰ ਸਕੂਲ ਦੇ ਵਿੱਚ ਟੀਚਰ ਜਿਹੜੇ ਸੀਗੇ ਉਹ ਬਲੈਕ ਬੋਰਡ ਦੇ ਉੱਤੇ ਤਾੜੀ ਨਕਲ ਪਰਵਾ ਰਹੇ ਸੀ ਲਿਖ ਲਿਖ ਕੇ, ਇਹੋ ਸਕੂਲ ਵੀ ਅਸੀਂ ਦੇਖੇ ਜੀ ਉੱਥੇ, ਔਰ ਇਮੀਡੀਏਟਲੀ ਉਦੋਂ ਐਕਸ਼ਨ ਹੋਇਆ ਔਰ ਉਹਨਾਂ ਜਿਹੜੇ ਟੀਚਰ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਕਿਉਂ ਨਹੀਂ ਇਹੋ ਚੀਜ਼ ਕੀਤੀ ਜਾਂਦੀ? ਮੈਂ ਕਿਹਾ ਮੋਹਾਲੀ ਦੇ ਜਿਹੜੇ ਸਰਪਲਸ ਟੀਚਰ ਨੇ, ਕਿਉਂ ਨਹੀਂ ਉਹਦੀ ਜਵਾਬਦੇਹੀ ਜਿਹੜੀ ਤੈਅ ਕੀਤੀ ਜਾਂਦੀ ਵੀ ਇੰਨੇ ਵੱਡੇ ਸ਼ਹਿਰ ਦੇ ਵਿੱਚ ਜਿਹੜਾ ਪੜ੍ਹਿਆ ਲਿਖਿਆ ਸ਼ਹਿਰ ਕਿਹਾ ਜਾਂਦਾ ਹੈ ਔਰ ਸਿਰਫ 2 ਜਣੇ ਉਹਦੇ ਵਿੱਚ ਜਿਹੜੇ ਮੈਰਿਟ ਦੇ ਵਿੱਚ ਆਉਣ ਕਿਉਂ ਆਏ? ਉਹਨਾਂ ਜਿਹੜੇ ਟੀਚਰ ਨੇ ਇੱਥੇ ਬੈਠੇ ਹੋਏ ਉਹਨਾਂ ਦੀ ਕਿਉਂ ਨਹੀਂ ਜਵਾਬਦੇਹੀ ਕੀਤੀ ਜਾਂਦੀ ਜੀ? ਕਿਉਂ ਨਹੀਂ ਉਹਨਾਂ ਦੇ ਐਕਸ਼ਨ ਕੀਤਾ ਜਾਂਦਾ? ਸਰ ਪਹਿਲਾਂ 10 ਸਾਲ ਤੁਹਾਡੀ ਸਰਕਾਰ ਰਹੀ ਹੈ, ਉਦੋਂ ਹੀ ਜਵਾਬਦੇਹੀ ਤੈਅ ਹੋ ਜਾਂਦੀ, ਉਦੋਂ ਕਿਉਂ ਨਹੀਂ ਹੋਈ? ਮੈਂ ਗੱਲ ਇਸ ਤਰ੍ਹਾਂ ਹੈ, ਗੱਲ ਜਿਹੜੀ ਹੁਣ ਅੱਜ ਸਰਕਾਰ ਆਈ ਹੈ ਉਹ ਕਰੇ ਉਸ ਚੀਜ਼ ਜਵਾਬਦੇਹੀ ਜਿਹੜੀ ਹੈ, ਅਸੀਂ ਤਾਂ ਅੱਜ ਦੀ ਗੱਲ ਕਰਦੇ ਹਾਂ ਨਾ ਜੀ। ਚੱਲ ਜੋ ਸਾਥੋਂ ਨੇ ਹੋਈ ਨਵੀਂ ਕਰ ਲੈ, ਨਵੀਂ ਸਰਕਾਰ ਕਰ ਲੈ, ਗਲਤੀ ਰਹੀ ਹੈ ਨਵੀਂ ਕਰ ਲੈ, ਠੀਕ ਹੈ? ਔਰ ਜਿਹੜੇ ਇਹਨਾਂ ਸ਼ਹਿਰਾਂ ਦੇ ਵਿੱਚ ਟੀਚਰ ਪੜ੍ਹਾ ਰਹੇ ਨੇ 50% ਟੀਚਰ ਦੇ ਹਾਜ਼ਰ ਹੀ ਨਹੀਂ ਹੁੰਦੇ ਅਤੇ ਜਿਹੜੇ ਹਾਜ਼ਰ ਹੁੰਦੇ ਹੈ ਉਹ ਆਪਣਾ ਪੜ੍ਹਾਉਣ ਨੂੰ ਤਿਆਰ ਨਹੀਂ ਹੁੰਦੇ, ਔਰ ਇਹੋ ਜਿਹੇ ਟੀਚਰ ਨੇ ਇੱਥੇ ਜਿਹੜੇ ਅਫਸਰਾਂ ਦੇ ਘਰ ਵਾਲੀਆਂ ਨੇ, ਅਫਸਰਾਂ ਦੇ ਰਿਸ਼ਤੇਦਾਰ ਨੇ, ਸਭ ਤੋਂ ਪਹਿਲਾਂ ਉਹਨਾਂ ਉੱਤੇ ਜਿਹੜਾ ਹੈ ਜਵਾਬਦੇਹੀ ਫਿਕਸ ਕਰਨੀ ਚਾਹੀਦੀ ਹੈ ਵੀ ਅਗਰ ਉਹਨਾਂ ਨੇ ਇੱਥੇ ਲੋਕਲ ਰਹਿਣਾ ਤਾਂ ਪੜ੍ਹਾਉਣ, ਹਾਜ਼ਰ ਹੋਣ, ਘਰ 'ਚ ਬਹਿ ਕੇ ਨਾ ਤਨਖਾਹ ਲੈਣ, ਉਹਨਾਂ ਦੀ ਹਾਜ਼ਰੀ ਕਿੰਨੀ ਹੁੰਦੀ ਹੈ ਉਹ ਚੈੱਕ ਕੀਤੀ ਜਾਣੀ ਚਾਹੀਦੀ ਹੈ। ਠੀਕ ਹੈ, ਠੀਕ ਹੈ ਸਰ। ਪਿਆਰੇ ਲਾਲ ਗੜ ਜੀ, ਮੈਂ ਤੁਹਾਡੇ ਕੋਲ ਆਉਣਾ ਚਾਹੂੰਗੀ ਕਿ ਸਟ੍ਰਿੰਜੈਂਟ ਪਨਿਸ਼ਮੈਂਟ ਜੇ ਹੋਵੇ
ਟੀਚਰਸ ਦੇ ਲਈ, ਅਧਿਆਪਕਾਂ ਦੇ ਲਈ, ਤੇ ਜੇ ਉਹਨਾਂ ਤੇ ਲਗਾਤਾਰ ਜੋ ਨਜ਼ਰ ਰੱਖੀ ਜਾਏ ਕਿ ਇਸ ਦੇ ਨਾਲ ਇਹ ਸੁਧਾਰ ਹੋ ਸਕਦਾ, ਕਿ ਆਪਣੀ ਜ਼ਿੰਮੇਵਾਰੀ ਜੋ ਅਧਿਆਪਕ ਨਹੀਂ ਸਮਝ ਸਕਦੇ ਕਿ ਸਰਕਾਰੀ ਸਕੂਲ ਦੇ ਵਿੱਚ ਨੇ ਤਾਂ ਉਹ ਜੋ ਨਹੀਂ ਪੜ੍ਹ ਜੀ ਨਾ ਨਹੀਂ ਮੈਂ ਇਹ ਗੱਲ ਨਾਲ ਸਹਿਮਤ ਨਹੀਂ ਵੀ ਇਕੱਲੀ ਸਟ੍ਰਿੰਜੈਂਟ ਕੰਮ ਕਰੇਗੀ। ਹਮੇਸ਼ਾ ਜਿਹੜਾ ਹੈ ਕਿਸੇ ਨੂੰ ਅਨਕਰਜ ਕਰਨਾ ਪੈਂਦਾ ਹੈ, ਹੌਸਲਾ ਅਫਜਾਈ ਦੇਣੀ ਹੁੰਦੀ ਹੈ, ਸਿਖਲਾਈ ਦੇਣੀ ਹੁੰਦੀ ਹੈ। ਨਾ ਸਰਕਾਰ 'ਚ ਸਿਖਲਾਈ ਠੀਕ ਚੱਲਦੀ ਹੈ, ਇਹਨਾਂ ਦੇ ਡਾਇਟਸ ਨੇ, ਇਹਨਾਂ ਦੇ ਇਨਸਰਵਿਸ ਟ੍ਰੇਨਿੰਗ ਸੈਂਟਰ ਨੇ, ਉੱਥੇ ਕੋਈ ਸਿਖਲਾਈ ਨਹੀਂ ਹੁੰਦੀ, ਉੱਥੇ ਐਵੇਂ ਪੋਸਟਿੰਗ ਕਰਾਉਣ ਜਾਂਦੇ ਨੇ ਲੋਕ। ਨਾ ਸਿਖਲਾਈ ਹੈ, ਨਾ ਹੌਸਲਾ ਅਫਜਾਈ ਹੈ, ਚਮਚਿਆਂ ਨੂੰ ਸਰਟੀਫਿਕੇਟ ਵੰਡੇ ਜਾਂਦੇ ਨੇ। ਇੱਕ ਜ਼ਰੂਰ ਹੈ ਵੀ ਜਿਹੜੇ ਚੰਗੇ ਟੀਚਰ ਨੇ ਇਹਨਾਂ ਦੇ, ਉਹ ਜਿਹੜਾ ਟੀਚਰਾਂ ਦਾ ਅਵਾਰਡ ਮਿਲਦਾ ਉਹਦੇ 'ਚ ਬਹੁਤੇ ਚੰਗਿਆਂ ਨੂੰ ਹੀ ਮਿਲਦਾ, ਇਹ ਮੰਨਣ ਵਾਲੀ ਗੱਲ ਹੈ। ਇਹ ਮੈਂ ਕਾਫੀ ਪਿਛਲੇ 10 ਸਾਲ ਤੋਂ ਦੇਖਿਆ। ਪਰ ਮੈਂ ਦੋ ਤਿੰਨ ਗੱਲਾਂ ਹੋਰ ਵੀ ਨਾਲ ਕਹਿਣੀਆਂ ਚਾਹਾਂਗਾ। ਬਜਟ ਦੀ ਗੱਲ ਇੱਥੇ ਹੋਈ ਹੈ, ਇਹ ਗਲਤ ਕਿਹਾ ਕਿ 5% ਬਜਟ ਹੈ। 6700 ਕਰੋੜ ਰੁਪਇਆ ਪਿਛਲੇ ਸਾਲ ਦਾ 31 ਮਾਰਚ ਤੱਕ ਦਾ ਬਜਟ ਸੀ, ਟੋਟਲ ਬਜਟ 73,000 ਕਰੋੜ ਸੀ, ਜਿਹਦੇ ਓਪਰੇਟਿਵ ਬਜਟ 60,000 ਕਰੋੜ ਸੀ। 60,000 ਕਰੋੜ 'ਚੋਂ 9,000 ਕਰੋੜ ਸਿੱਖਿਆ ਦਾ ਬਜਟ ਸੀ, ਉਹ 'ਚੋਂ 6700 ਕਰੋੜ ਕੱਲੀ ਸਕੂਲੀ ਸਿੱਖਿਆ ਦਾ ਸੀ, ਉਹ 'ਚੋਂ 4500 ਕਰੋੜ ਸੈਕੰਡਰੀ ਸਿੱਖਿਆ ਦਾ ਸੀ, 2200 ਕਰੋੜ ਪ੍ਰਾਇਮਰੀ ਸਿੱਖਿਆ ਦਾ ਸੀ। 16% ਬਜਟ ਸੀ, 5% ਨਹੀਂ ਸੀ। ਸੋ ਐਸੀ ਗੱਲ ਨਹੀਂ, ਬਜਟ ਵਧਾਉਣ ਨਾਲ ਨਹੀਂ ਇਕੱਲਾ ਸਰੇਗਾ। ਪੋਸਟਾਂ ਦੀ ਗੱਲ ਕਰੀਏ ਵੀ ਖਾਲੀ ਨੇ, 19 ਬੱਚਿਆਂ ਦੇ ਪਿੱਛੇ ਮਾਸਟਰ ਕੈਡਰ, 19 ਬੱਚਿਆਂ ਦੇ ਪਿੱਛੇ ਇੱਕ ਮਾਸਟਰ ਕੈਡਰ ਦਾ ਬੰਦਾ, 25 ਬੱਚਿਆਂ ਦੇ ਪਿੱਛੇ ਇੱਕ ਪ੍ਰਾਇਮਰੀ ਟੀਚਰ ਹੈ, 32 ਬੱਚਿਆਂ ਦੇ ਪਿੱਛੇ ਇੱਕ ਲੈਕਚਰਰ ਹੈ। ਸੋ ਇਹ ਰੇਸ਼ੋ ਵੀ ਘੱਟ ਨਹੀਂ, ਪਰ ਵੰਡ ਠੀਕ ਨਹੀਂ ਹੈ। ਕਿਤੇ ਇੱਕ ਟੀਚਰ ਹੈ, ਕਿਤੇ 20 ਬੱਚੇ ਨੇ, ਕਿਤੇ ਬੱਚੇ 5 ਨੇ ਟੀਚਰ 25 ਨੇ, ਕਿਤੇ ਬੱਚੇ 50 ਨੇ ਟੀਚਰ 1 ਹੈ। ਸੋ ਇਹ ਇੱਕ ਵੰਡ ਹੈ ਜਿਹੜੀ ਪੋਲੀਟੀਕਲ ਹੈ, ਇਹਦੇ 'ਚ ਕਿਸੇ ਟੀਚਰ ਦਾ ਕੋਈ ਕਸੂਰ ਨਹੀਂ, ਟੀਚਰ ਤਾਂ ਚਾਹੇਗਾ। ਮੈਂ ਇੱਕ ਵਾਰੀ ਬਾਦਲ ਸਾਹਿਬ ਨਾਲ ਮੀਟਿੰਗ ਹੋਈ 1998 ਦੀ ਸਰਕਾਰ ਵੇਲੇ, ਮੈਂ ਕਿਹਾ ਜੀ ਜਿਹੜਾ ਤੁਸੀਂ ਦਨੇਰੇ ਟੀਚਰ ਲਾਤਾ, ਜਦ ਉਹਨੂੰ ਤਨਖਾਹ ਹੀ ਘੱਟ ਮਿਲਣੀ ਹੈ ਅਤੇ ਪਠਾਨਕੋਟ ਵਾਲੇ ਨੂੰ ਵੱਧ ਮਿਲਣੀ ਹੈ। ਸੈਕਟਰੀ ਕਹਿਣ ਲੱਗੇ ਨਹੀਂ ਜੀ ਅਸੀਂ ਰੂਰਲ ਅਲਾਉਂਸ ਦਿੰਦੇ ਹਾਂ। ਮੈਂ ਕਿਹਾ ਜੀ ਮੈਨੂੰ ਤਾਂ ਜਟਕਾ ਸਾਹਿਬ ਆਉਂਦਾ, ਤੁਸੀਂ ਜਿਹੜਾ ਮਰਜ਼ੀ ਅਲਾਉਂਸ ਦਿਓ, ਮੈਨੂੰ ਇਹ ਤਨਖਾਹ ਦਿਖਾ ਦਿਓ ਵੀ ਜਿਹੜਾ ਦਨੇਰੇ ਲੱਗੇ ਹੈ ਰਹਿਣਾ, ਤਾਂ ਉਹਨੇ ਵੀ ਪਠਾਨਕੋਟ ਹੈ, ਉਹਦੀ ਤਨਖਾਹ ਵੱਧ ਹੈ, ਅਤੇ ਇੱਥੇ ਜਿਹੜਾ ਪਠਾਨਕੋਟ ਲੱਗਿਆ ਉਹਦੀ ਘੱਟ ਹੈ, ਜਾਂ ਜਿਹੜਾ ਸੀਤੋ ਗੁੰਨੋਂ ਲੱਗਿਆ ਉਹਦੀ ਤਨਖਾਹ ਘੱਟ ਵੱਧ ਹੈ, ਅਤੇ ਅਬੋਹਰ ਵਾਲੀ ਦੀ ਘੱਟ ਹੈ। ਤੁਸੀਂ ਮੈਨੂੰ ਕਿਤੇ ਦਿਖਾ ਦਿਓ ਜਿਹੜਾ ਕਮਾਹੀ ਦੇ ਵੀ ਲੱਗਿਆ ਉਹਦੀ ਤਨਖਾਹ ਵੱਧ ਹੈ, ਹੁਸ਼ਿਆਰਪੁਰ ਵਾਲੀ ਦੀ ਘੱਟ ਹੈ। ਉਹ ਜਦ ਤੁਸੀਂ ਸ਼ਹਿਰ ਦੇ ਵਿੱਚ ਲਾ ਕੇ ਤਨਖਾਹ ਵੀ ਵੱਧ ਦੇਣੀ ਹੈ, ਉਹਨੂੰ ਡਾਟ ਟੱਪਾ ਵੀ ਜ਼ਿਆਦਾ ਹੈ, ਉਹਦੀ ਕਹਿਣ ਦੀ ਉਹ ਵੀ ਹੈ। ਸੋ ਸਰਕਾਰ ਨੂੰ ਆਪਦੀਆਂ ਨੀਤੀਆਂ ਬਦਲਣੀਆਂ ਪੈਣਗੀਆਂ, ਨੀਤੀਆਂ ਬਦਲਣ ਤੋਂ ਬਗੈਰ ਸਜ਼ਾ ਦੇਣੀ ਹੈ ਜਿਹੜੀ, ਇਹ ਮੈਨੂੰ ਨਹੀਂ ਲੱਗਦਾ। ਠੀਕ ਹੈ, ਠੀਕ ਹੈ, ਨੀਤੀਆਂ ਬਦਲਣ ਦੀ ਲੋੜ ਹੈ। ਕਿੰਗਰਾ ਸਾਹਿਬ, ਨੀਤੀ ਬਦਲੋ ਕਿੰਗਰਾ ਸਾਹਿਬ, ਕਿਹੜੀਆਂ ਨੀਤੀਆਂ ਬਦਲ ਦਿੱਤੀਆਂ ਜਾਣ ਕਿ ਰਿਜ਼ਲਟ ਚੰਗਾ ਆ ਜਾਏ, ਹੁਣ ਦੁਬਾਰਾ ਫੇਲ ਨਾ ਹੋਣ। ਦੇਖੋ ਇੰਦਰਜੀਤ ਜੀ, ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਹੈ, ਮੈਨੂੰ ਮਲੂਕਾ ਸਾਹਿਬ ਨੇ ਵੀ ਗੱਲ ਆਖੀ ਹੈ ਅਤੇ ਲਾਲੀ ਜੀ ਨੇ ਵੀ ਆਖੀ ਹੈ, ਦੋਵੇਂ ਜਿਹੜੀਆਂ ਪੰਜਾਬ ਦੀਆਂ ਮੇਜਰ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਨੇ, ਦੋਨੇ ਸਰਕਾਰਾਂ ਦੇ, ਉਹਨਾਂ ਦੀਆਂ ਸਰਕਾਰਾਂ ਵਿੱਚ ਰਹੇ ਨੇ। ਉਹ ਜਿਹੜੀ ਗੱਲ ਹੈ ਕਿ ਪੋਲੀਟਿਕਸ ਤੋਂ ਉੱਤੇ ਉੱਠ ਕੇ ਸਿੱਖਿਆ ਬਾਰੇ ਸੋਚੋ, ਇਹ ਬਹੁਤ ਜ਼ਰੂਰੀ ਹੈ। ਸਿੱਖਿਆ ਬਾਰੇ ਕੋਈ ਕਮਿਸ਼ਨ ਬਣਨਾ ਚਾਹੀਦਾ ਹੈ, ਪੰਜਾਬ ਦੀ ਸਿੱਖਿਆ ਬਾਰੇ ਸਰਕਾਰ ਨੂੰ ਚਾਹੀਦਾ ਕਿ ਕਮਿਸ਼ਨ ਬਿਠਾਉਣ ਜਿਹੜਾ ਕਿ ਐਜੂਕੇਸ਼ਨ ਦੀਆਂ 4 ਗੱਲਾਂ ਤੈਅ ਕਰੇ। ਪਹਿਲੀ ਗੱਲ ਹੈ ਐਜੂਕੇਸ਼ਨ ਦੀ ਟੀਚਰਾਂ ਬਾਰੇ ਤੈਅ ਕਰੇ, ਦੂਜੀ ਇਨਫਰਾਸਟ੍ਰਕਚਰ ਬਾਰੇ ਤੈਅ ਕਰੇ, ਤੀਜਾ ਕੁਰੀਕੁਲਮ ਬਾਰੇ ਤੈਅ ਕਰੇ, ਅਤੇ ਚੌਥਾ ਕਿਸ ਤਰ੍ਹਾਂ ਦੀ ਸਿੱਖਿਆ ਦੇਣੀ ਹੈ, ਤਕਨੀਕੀ ਸਿੱਖਿਆ ਜਿਹੜੀ ਹੈ ਕਿਹਨੂੰ ਦੇਣੀ ਹੈ, ਦੂਜੀ ਸਿੱਖਿਆ ਬੇਸਿਕ ਸਿੱਖਿਆ ਕਿਹਨੂੰ ਦੇਣੀ ਹੈ, ਇਹਦੇ ਬਾਰੇ ਤੈਅ ਕਰੇ। ਇਹ ਕਮਿਸ਼ਨ ਹੀ ਸਾਰੀਆਂ ਗੱਲਾਂ ਕਰ ਸਕਦਾ। ਹਾਂ, ਇੱਕ ਜ਼ਿੰਮੇਵਾਰ ਥਾਂ 'ਤੇ ਬੈਠੇ ਜਿਹੜੇ ਬੰਦੇ ਹੈ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਗੱਲ ਕਰਨੀ ਚਾਹੀਦੀ ਹੈ। ਅੱਜ ਇੱਕ ਸਿੱਖਿਆ ਮੰਤਰੀ ਦਾ ਬਿਆਨ ਆਇਆ ਹੈ ਕਿ ਜਿਹੜੇ ਬੱਚੇ ਫੇਲ ਹੋਏ ਆ, ਜਿਨ੍ਹਾਂ ਦੀ ਰੀਪੇਅਰ ਆਈ ਹੈ, ਉਹਨਾਂ ਨੂੰ ਅਸੀਂ ਰੀਵੈਲਿਊਏਸ਼ਨ ਵਾਸਤੇ ਮਦਦ ਕਰਾਂਗੇ ਫਾਈਨੈਂਸ਼ੀਅਲ। ਇਹਦਾ ਮਤਲਬ ਉਹ ਬੰਦੇ ਜਿਹੜੇ ਹੈ ਐਵੈਲਿਊਏਸ਼ਨ ਠੀਕ ਨਹੀਂ ਹੋਈ ਉਹਨਾਂ ਦੀ, ਇਸ ਕਰਕੇ ਫੇਲ ਹੋ ਗਏ। ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਐਵੈਲਿਊਏਸ਼ਨ ਕਰਕੇ ਫੇਲ ਨਹੀਂ ਹੋਏ ਉਹ ਫੇਲ ਇਸ ਕਰਕੇ ਹੋ ਗਏ ਕਿ 9ਵੀਂ ਤੱਕ ਉਹਨਾਂ ਨੂੰ ਕਦੇ ਇਮਤਿਹਾਨ ਹੀ ਨਹੀਂ ਲਿਆ ਉਹਨਾਂ ਦਾ ਕਿਸੇ ਨੇ, ਅਤੇ 10ਵੀਂ ਜਾ ਕੇ ਆਲ ਆਫ ਏ ਸਡਨ ਉਹਨਾਂ ਨੂੰ ਕਹਿਤਾ ਵੀ ਕਦੇ ਪਿੰਡ ਦੀਆਂ ਖੇਡਾਂ 'ਚ ਬੰਦੇ ਨੇ ਹਿੱਸਾ ਨਹੀਂ ਲਿਆ, ਅਤੇ ਉਹਨੂੰ ਕਹਿਤਾ ਵੀ ਤੂੰ ਓਲੰਪਿਕ ਦੇ ਵਿੱਚ ਹਿੱਸਾ ਲੈ, ਉਹ ਤਾਂ ਵੈਸੇ ਹੀ ਕਨਫਿਊਜ਼ ਹੋ ਜੂਗਾ ਉੱਥੇ ਖੜ ਕੇ। ਇਹ ਪਾਲਿਸੀ ਜਿਹੜੀਆਂ ਨੇ, ਜਿਵੇਂ ਗਰਗ ਸਾਹਿਬ ਨੇ ਕਿਹਾ, ਪਾਲਿਸੀਆਂ ਜਿਹੜੀਆਂ ਨੇ ਉਹ ਵੇਰੀਡ ਹੋਣੀਆਂ ਚਾਹੀਦੀਆਂ ਨੇ, ਜਿਹੋ ਜਿਹੀ ਜਗ੍ਹਾ ਹੈ ਉਹੋ ਜਿਹੀ ਪਾਲਿਸੀ ਹੋਣੀ ਚਾਹੀਦੀ ਹੈ। ਤੁਸੀਂ ਯੂਨੀਫਾਰਮ ਪਾਲਿਸੀ ਨਹੀਂ ਬਣਾ ਸਕਦੇ, ਯੂ ਵਿਲ ਹੈਵ ਟੂ ਹੈਵ ਏ ਡਾਇਨਮਿਕ ਪਾਲਿਸੀ ਜਿਹੜੀ ਕਿ ਡਾਇਨਮਿਕ ਹੋਵੇ, ਜਿਉਂ ਜਿਉਂ ਮੌਕਾ ਬਦਲਦਾ ਤਿਉਂ ਤਿਉਂ ਪਾਲਿਸੀ ਵੀ ਆਪਦੇ ਆਪ ਨੂੰ ਬਦਲਦੀ ਰਹੇ। ਦੁਬਾਰਾ ਫੇਲ ਨਹੀਂ ਹੋਣਗੇ, ਤੇ ਅਗਲੀ ਵਾਰ ਜੋ ਨਤੀਜੇ ਆਉਣਗੇ ਤਾਂ ਉਸ ਦੇ ਵਿੱਚ ਵਿਦਿਆਰਥੀ ਵੀ ਪਾਸ ਹੋਣਗੇ ਤੇ ਸਰਕਾਰਾਂ ਵੀ ਪਾਸ ਹੋਣਗੀਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਚਰਚਾ 'ਚ ਸ਼ਾਮਿਲ ਹੋਣ ਦੇ ਲਈ। ਤੇ ਇਸ ਵਿਚਾਲੇ ਜੋ ਸਵਾਲ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛਿਆ ਸੀ, ਉਸ ਤੇ ਰਾਏ ਵੀ ਆ ਚੁੱਕੀ ਹੈ ਮੈਸੇਜ ਦੇ ਜ਼ਰੀਏ। ਸਵਾਲ ਸੀ ਕਿ ਪੰਜਾਬ ਦੇ ਵਿੱਚ 10ਵੀਂ ਦੇ 42% ਵਿਦਿਆਰਥੀ ਫੇਲ ਹੋਣ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
मैसेज के जरिए जो राय साढ़े तक पहुंची है तुहाडे नाल सांझी करे 93% दर्शकों ने हाँ च जवाब दिता है, यानी कि वो चाहते हैं कि जे अध्यापका की जवाबदेही तय होगी तो इस नाल जो है फेल नहीं होंगे विद्यार्थी। 7% दर्शकों ने नाच जवाब दिता है।